ਕੇਂਦਰੀ ਹਥਿਆਰਬੰਦ ਪੁਲਿਸ ਬਲਾ ਵਿੱਚ ਕਨਸਟੇਬਲਾਂ ਦੀ ਪ੍ਰਤੀਯੋਗਿਆ ਹੁਣ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਸਮੇਤ 12 ਹੋਰ ਭਾਸ਼ਾਵਾਂ ਵਿੱਚ ਹੋਵੇਗੀ ਇਹ ਫੈਸਲਾ ਕੇਂਦਰੀ ਹਥਿਆਰਬੰਦ ਪੁਲਿਸ ਬਲਾ ਵਿੱਚ ਸਥਾਨਕ ਨੌਜਵਾਨਾਂ ਤੇ ਖੇਤਰੀ ਭਾਸ਼ਾਵਾਂ ਦੀ ਪਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਲਿਆ ਗਿਆ ਹੈ ਇਸ ਸਾਲ ਕਨਸਟੇਬਲ ਪ੍ਰਤੀਯੋਗਿਆ ਦੇਸ਼ ਦੇ 128 ਸ਼ਹਿਰਾਂ ਵਿੱਚ 2 ਫਰਵਰੀ ਤੋਂ 7 ਮਾਰਚ ਤੱਕ ਕਰਵਾਈ ਜਾ ਰਹੀ ਹੈ ਇਸ ਵਿੱਚ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਉਮੀਦਵਾਰ ਪੰਜਾਬੀ ਅਸਮੀ ਬੰਗਾਲੀ ਗੁਜਰਾਤੀ ਮਰਾਠੀ ਮਲਿਆਲਮ ਕੰਨੜ ਤਾਮਿਲ ਤੇਲਗੂ ਹੋਰੀਆ ਉਰਦੂ ਮਨੀਪੁਰ ਤੇ ਕੋਕਣੀ ਭਾਸ਼ਾਵਾਂ ਵਿੱਚ 20 ਪੇਪਰ ਦੇ ਸਕਣਗੇ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੇਂਦਰੀ ਹਥਿਆਰਬੰਦ ਪੁਲਿਸ ਬਲਾ ਵਿੱਚ ਕਨਸਟੇਬਲ ਅਧਿਪਰਤੀ ਲਈ ਪ੍ਰੀਖਿਆ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਚੋਨੀਆਂ ਵਿਆ ਖੇਤਰੀ ਭਾਸ਼ਾਵਾਂ ਵਿੱਚ ਵੀ ਕਰਵਾਈ ਜਾ ਰਹੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੀ ਅਨੁਸਾਰ ਦੇਸ਼ ਪਾਰ ਵਿੱਚ ਕਰਵਾਈ ਜਾ ਰਹੀ ਇਸ ਦਾਖਲਾ ਪ੍ਰੀਖਿਆ ਚੜਤਾਲੀ ਲੱਖ ਤੋਂ ਵੱਧ ਉਮੀਦਵਾਰਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ